ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰੋਹਿਤ ਮਾਨ। ਅਸੀਂ ਇੱਥੇ ਇਕੱਠ ਕਰਨ ਦਾ ਸਾਡਾ ਅੱਜ ਸਭ ਤੋਂ ਵੱਡਾ ਮਕਸਦ ਹੈ ਕਿ ਅਸੀਂ 2010-11 ਤੋਂ ਇੱਥੇ ਐਂਸਲੀ ਸਟਾਫ ਤੇ ਲੱਗੇ ਹੋਏ ਆ, ਕੰਟਰੈਕਚੁਅਲ ਬੇਸ ਤੇ ਲੱਗੇ ਹੋਏ ਆ ਜੀ। ਤੇ ਅਸੀਂ ਸਾਨੂੰ ਇੰਨਾ ਲੰਬਾ ਸਮਾਂ ਹੋਣ ਦੇ ਬੀਤਣ ਦੇ ਬਾਅਦ ਵੀ ਸਾਨੂੰ ਗੌਰਮੈਂਟ ਰੈਗੂਲਰ ਨਹੀਂ ਕਰ ਰਹੀ। ਤੇ ਰੈਗੂਲਰ ਕਰਨ ਦਾ ਸਭ ਤੋਂ ਵੱਡਾ ਮੁੱਦਾ ਜੋ ਸਾਨੂੰ ਇਹਨਾਂ ਨੇ ਪਰਸੋਂ 28 ਤਰੀਕ ਨੂੰ ਬੁਲਾਇਆ ਸੀ, 28 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਸੈਕਟਰੀ ਸਾਹਿਬ ਨਾਲ, ਤੇ ਉਹਨਾਂ ਨੇ ਸਾਨੂੰ ਜੋ ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਪੂਰੇ ਦਾ ਪੂਰਾ ਮੀਟਿੰਗ ਬੇਸਿੱਟਾ ਰਹੀ। ਬੇਸਿੱਟਾ ਰਹਿਣ ਤੋਂ ਬਾਅਦ ਸਾਨੂੰ ਭਰੋਸੇ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ 2018 ਤੋਂ ਲੱਗੇ ਸਾਡੇ ਨਰਸਿੰਗ ਸਟਾਫ ਦੀਆਂ ਭੈਣਾਂ ਨੂੰ ਤੇ ਕੁਝ ਐਂਸਲੀ ਸਟਾਫ ਦੇ, ਜਿਹੜੇ ਐਂਸਲੀ ਸਟਾਫ ਦੇ ਵਿੱਚ ਵੀ 2 ਕੈਟਾਗਰੀਆਂ ਨੇ, ਤੇ ਉਹਨਾਂ ਦੀ ਕੁਝ ਬੰਦਿਆਂ ਨੂੰ ਉਹ ਰੈਗੂਲਰ ਕਰਨ ਲੱਗੇ ਨੇ, ਮੰਤਰੀ ਸਾਹਿਬ ਰੈਗੂਲਰ ਕਰਨ ਲੱਗੇ ਨੇ। ਤੇ ਜਿਸ ਦੇ ਰੋਸ ਵਜੋਂ ਅਸੀਂ 1-7-2021 ਯਾਨੀ ਕਿ ਕੱਲ੍ਹ ਤੋਂ ਅਸੀਂ ਧਰਨਾ 2 ਘੰਟੇ ਦੀ ਰੈਲੀ ਕਰਾਂਗੇ। ਉਸ ਤੋਂ ਬਾਅਦ ਅਸੀਂ 5-7 ਤੋਂ ਸੋਮਵਾਰ ਤੋਂ ਪੂਰਨ ਤੌਰ 'ਤੇ ਹੜਤਾਲ 'ਤੇ ਚਲੇ ਜਾਵਾਂਗੇ। ਅਗਰ ਨਹੀਂ ਮੰਗਾਂ ਮੰਨਦੇ ਤਾਂ ਫਿਰ ਕੀ ਅਗਲਾ ਸਟੈਪ ਹੈ? ਜੇਕਰ ਮੰਤਰੀ ਸਾਹਿਬ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਹੜਤਾਲ 'ਤੇ ਤਾਂ ਜਾ ਹੀ ਰਹੇ ਹਾਂ। ਅਤੇ 2019 ਦੇ ਵਿੱਚ ਜੋ ਨਰਸਿੰਗ ਸਟਾਫ ਨੇ ਕੀਤਾ, ਉਹਨਾਂ ਨੇ ਇੰਨੀ ਹਿੰਮਤ ਕੀਤੀ, ਉਹ ਹਿੰਮਤ ਤੋਂ ਸਾਰੇ ਵਾਕਫ ਨੇ। ਸਾਨੂੰ ਵੀ ਸਾਰੇ ਰਾਹ ਪਤਾ ਨੇ, ਮੌਂਟੀ ਦਾ ਰਾਹ, ਨਹਿਰ ਦਾ ਨਾਲ ਸਾਨੂੰ ਸਭ ਕੁਝ ਪਤਾ ਏ। ਅਸੀਂ ਆਪਣੇ ਢਿੱਡ ਪਿੱਛੇ ਲੜ ਰਹੇ ਹਾਂ, ਅਸੀਂ ਕਿਸੇ ਲਈ ਗਲਤ ਨਹੀਂ ਬੋਲ ਰਹੇ। ਅਗਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਅਸੀਂ ਕੋਈ ਵੀ ਰਸਤਾ ਅਪਣਾਉਣ ਦੇ ਲਈ ਤਿਆਰ ਹਾਂ। ਹੁਣ ਅੱਜ ਤੁਸੀਂ ਕਿਸੇ ਨੂੰ ਮਿਲੇ ਇੱਥੇ ਨਾਲ ਕੋਈ ਪ੍ਰਸ਼ਾਸਨ ਜਾਂ ਅਧਿਕਾਰੀ ਜਾਂ? ਦੇਖੋ, ਇਹ ਤੋਂ ਪਹਿਲਾਂ ਅਸੀਂ ਪ੍ਰਿੰਸੀਪਲ ਸਾਹਿਬ, ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਮਿਲ ਚੁੱਕੇ ਹਾਂ, DRME ਸਾਹਿਬ ਨੂੰ ਮਿਲ ਚੁੱਕੇ ਹਾਂ ਤੇ ਆਪਣੇ ਸੈਕਟਰੀ ਸਾਹਿਬ ਨੂੰ ਮਿਲ ਚੁੱਕੇ ਹਾਂ। ਲੇਕਿਨ ਮਿਲਣ ਤੋਂ ਬਾਅਦ ਅਸੀਂ ਮੰਗ ਪੱਤਰ ਦਿੰਦੇ ਹਾਂ, ਮੰਗ ਪੱਤਰ ਦੇਣ ਤੋਂ ਬਾਅਦ ਉਹ ਸਾਰਾ ਕੰਮ ਠੰਡੇ ਉਹਦੇ ਵਿੱਚ ਹੀ ਚਲੇ ਜਾਂਦਾ ਹੈ। ਕੋਈ ਸਾਡੇ ਬੰਦੇ ਹੈਗੇ ਜਿਹੜੇ ਤੁਹਾਡੇ ਟੋਟਲ ਹੈ? ਸਾਡੇ ਬੰਦੇ ਨੇ ਜਿਹੜੇ ਸਾਡੇ ਦਰਜਾ 4 ਕਰਮਚਾਰੀ ਨੇ ਉਹ ਤਾਂ ਹੈਗੇ ਨੇ ਜੀ 196, ਤੇ ਸਾਡੇ ਜਿਹੜੇ ਐਂਸਲੀ ਸਟਾਫ ਦੇ ਬੰਦੇ ਨੇ ਉਹ ਸਾਡੇ ਹੈਗੇ ਨੇ ਕੁਛ 55 ਬੰਦੇ ਨੇ ਜੀ। ਤੇ ਅਸੀਂ ਡੀ ਹਾਲ ਅਟੈਂਡੈਂਟ ਹੈ 10 ਬੰਦੇ ਹੈ ਤੇ ਇੱਕ ਸਾਡਾ ਹਿਮਾਮਲਰ ਵੀ ਹੈ। ਅਸੀਂ ਕੋਰੋਨਾ ਕਾਲ ਦੇ ਵਿੱਚ ਵੀ ਕੰਮ ਕੀਤਾ, ਜਿੱਥੇ ਡਿਪਾਰਟਮੈਂਟ, ਸਾਰੇ ਡਿਪਾਰਟਮੈਂਟ ਘਰਾਂ ਦੇ ਵਿੱਚ ਬੈਠੇ ਸੀ, ਉੱਥੇ ਅਸੀਂ ਆਪਣੀ ਜਾਨ ਦੇ ਉੱਤੇ ਖੇਲ ਕੇ ਇਹ ਹਰੇਕ ਬੰਦੇ ਦੀ ਜਾਨ ਬਚਾਈ ਹੈ। ਅਸੀਂ 3-3 ਮਹੀਨੇ, 6-6 ਮਹੀਨੇ, ਸਾਨੂੰ ਪਤਾ ਸੀ ਆਪਣੇ ਬੱਚਿਆਂ ਤੱਕ ਨੂੰ ਹੱਥ ਨਹੀਂ ਲਗਾ ਸਕਦੇ ਸੀ, ਤੇ ਗੌਰਮੈਂਟ ਇੰਨੀ ਬੇਸ਼ਰਮ ਹੋ ਚੁੱਕੀ ਹੈ ਕਿ ਸਾਨੂੰ ਪਹਿਲਾਂ ਉਹਨਾਂ ਨੇ 28 ਦਿਨ ਅਸੀਂ ਰੈਲੀ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਅਸੀਂ ਰੈਲੀ ਖਤਮ ਕਰ ਦਿਉ ਤੇ ਅਸੀਂ ਤੁਹਾਨੂੰ ਰੈਗੂਲਰ ਕਰ ਦੇਵਾਂਗੇ। ਲੇਕਿਨ ਉਹ ਉਸ ਤੋਂ ਬਾਅਦ ਹੁਣ ਉਹ ਆਪਣੇ ਬਿਆਨ ਤੋਂ ਮੁੱਕਰ ਗਈ ਹੈ, ਇਸ ਕਰਕੇ ਅਸੀਂ ਕੱਲ੍ਹ ਤੋਂ 2 ਘੰਟੇ ਦੀ ਹੜਤਾਲ ਹੈ ਜੀ। ਤੇ ਸਾਡੇ ਕੋਲ ਸਾਰਾ ਕੁਝ ਲਿਖਤੀ ਕਰ ਦਿੱਤਾ ਗਿਆ ਹੈ ਤੇ ਉਹ ਤੋਂ ਬਾਅਦ ਅਸੀਂ ਕੋਈ ਵੀ ਕੰਮ ਕਰਨ ਲਈ ਹਰ ਹਾਲ 'ਚ ਤਿਆਰ ਹੈ। ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਦਾ ਕਰਾਂ ਸਿਆਪਾ ਕਰਾਂ ਸਿਆਪਾ ਹਾਏ 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 ਹਾਏ।